ਜ਼ਿੰਦਗੀ ਨਿਰਵੈਰ ਦੇ ਵਿੱਚ ਦਇਆ ਸਮਾਈ ਹੋਈ ਹੈ ਜੀ। ਵਾਹ। ਜੇ ਦਇਆ ਸਮਾਈ ਹੈ ਜੀ ਤਾਂ ਜੇ ਕੋਈ ਆਪਣੇ ਉੱਪਰ ਹਮਲਾ ਕਰ ਰਿਹਾ ਤਾਂ ਆਪਾਂ ਉਸਦਾ ਜਵਾਬ ਨਹੀਂ ਦੇ ਰਹੇ ਤਾਂ ਅਸੀਂ ਉਹਦੇ 'ਤੇ ਦਇਆ ਕਰ ਰਹੇ ਹਾਂ। ਜਿਸ ਤਰ੍ਹਾਂ ਗੁਰੂ ਸਾਹਿਬ ਗੁਰੂ ਗੋਬਿੰਦ ਸਾਹਿਬ ਜੀ ਨੇ ਕਿੰਨੇ ਜੰਗਾਂ ਯੁੱਧਾਂ ਦੇ ਉਹਨਾਂ ਨੂੰ ਉੱਤਰ ਦਿੱਤੇ, ਜਿਹੜੇ ਹਮਲਾਵਰਾਂ ਨੇ ਉਹਨਾਂ 'ਤੇ ਹਮਲਾ ਕੀਤਾ ਅਤੇ ਉਹਨਾਂ ਨੂੰ ਉੱਤਰ ਦਿੱਤੇ, ਫਿਰ ਉਸ ਸਮੇਂ ਉਹਨਾਂ ਨੇ ਦਇਆ ਨਹੀਂ ਕੀਤੀ ਉਹਨਾਂ 'ਤੇ। ਮੈਂ ਜਾਣਨਾ ਚਾਹੁੰਦੀ ਹਾਂ ਜੀ ਵੀ ਨਿਰਵੈਰ ਦੇ ਵਿੱਚ ਦਇਆ ਸਮਾਈ ਹੋਈ ਹੈ ਤਾਂ ਕਿਵੇਂ? ਸੰਦੀਪ ਕੌਰ। ਹਾਂ ਸੰਦੀਪ ਕੌਰ ਬੱਚੇ, ਤੁਹਾਡਾ ਕੁਐਸਚਨ ਬੜਾ ਅੱਛਾ ਹੈ। ਲੇਕਿਨ ਅਸੀਂ ਜਦੋਂ ਸਿੱਖਦੇ ਹਾਂ ਤਾਂ ਅਸੀਂ ਸਿੱਖਣ ਵੇਲੇ ਨਿਰਵੈਰ ਅਵਸਥਾ ਸਿੱਖਾਂਗੇ ਕਿ ਨਹੀਂ ਸਿੱਖਾਂਗੇ? ਹਾਂਜੀ ਸਿੱਖਾਂਗੇ ਨਾ। ਕਿ ਜਦੋਂ ਨਿਰਵੈਰ ਅਵਸਥਾ ਪ੍ਰੈਕਟਿਸ ਕਰਨ ਲੱਗ ਪਾਉਂਦੇ ਨਾ ਤਾਂ ਸਾਨੂੰ ਨੌ ਗੁਰੂਆਂ ਦੀ ਬਾਣੀ ਸਮਝਾਉਣੀ ਸ਼ੁਰੂ ਹੋ ਜਾਂਦੀ। ਠੀਕ ਹੈ, ਤਾਂ ਨੌ ਗੁਰੂਆਂ ਦੀ ਬਾਣੀ ਵਿੱਚ ਅਸੀਂ ਨਿਰਵੈਰ ਸਿੱਖਣਾ ਹੈ ਨਾ ਤਾਂ ਆਸਤਾ ਆਸਤਾ ਫਿਰ ਇਹ ਵੀ ਸਮਝ ਆ ਜਾਏਗਾ ਕਿ ਜੋ ਮੇਰੇ ਨਾਲ ਵੈਰ ਕਰ ਰਿਹਾ ਮੈਨੂੰ ਉਹਦੇ ਨਾਲ ਕਿਸ ਤਰ੍ਹਾਂ ਡੀਲ ਕਰ। ਪਰ ਜਿਹੜੇ ਚੰਗੇ ਚੰਗੇ ਗੁਣਾਂ ਦੇ ਲੱਛਣ ਨੇ ਉਹਨਾਂ ਦੀ ਅਸੀਂ ਪ੍ਰੈਕਟਿਸ ਕਰਾਂਗੇ ਕਿ ਨਹੀਂ ਕਰਾਂਗੇ? ਹਾਂਜੀ। ਸੋ ਜਿਹੜਾ ਦਸਮ ਪਾਤਸ਼ਾਹ ਦਾ ਇਤਿਹਾਸ ਹੈ ਨਾ, ਉਸ ਇਤਿਹਾਸ ਨੂੰ ਸਮਝਣ ਵਾਸਤੇ, ਉਹ ਵਾਲੀ ਜੀਵਨ ਜਾਚ ਸਿੱਖਣ ਵਾਸਤੇ ਪਹਿਲਾਂ ਅਸੀਂ ਨੌ ਗੁਰੂਆਂ ਦੀ ਬਾਣੀ ਦੀ ਪ੍ਰੈਕਟੀਕਲ ਲਿਵਿੰਗ ਨੂੰ ਸਿੱਖਦੇ ਹਾਂ ਨਾ। ਸੋ ਅਸੀਂ ਤਾਂ ਅੱਜ ਬਾਣੀ ਦੀ ABC ਊੜਾ ਜਿਹੜਾ ਸਿੱਖ ਰਹੇ ਹਾਂ। ਠੀਕ ਹੈ, ਤਾਂ ਪ੍ਰੈਕਟੀਕਲ ਲਿਵਿੰਗ ਨਿਰਵੈਰ ਹੋਣਾ ਚਾਹੀਦਾ ਕਿ ਨਹੀਂ ਦੱਸੋ? ਹੋਣਾ ਚਾਹੀਦਾ ਨਾ। ਨਿਰਵੈਰ ਫਿਰ ਕਿਸ ਤਰ੍ਹਾਂ ਹੋਇੰਦਾ ਜੀ? ਤੁਸੀਂ ਦੱਸੋ ਕਿ ਨਿਰਵੈਰ ਕਿਹਨੂੰ ਕਹਿੰਦੇ ਨੇ? ਵੀ ਜਿਹੜਾ ਕਿਸੇ ਨਾਲ ਵੈਰ ਨਾ ਕਰੇ। ਤਾਂ ਤੁਸੀਂ ਦੱਸੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕਿਸੇ ਨਾਲ ਵੈਰ ਰੱਖਿਆ ਸੀ? ਉਹੀ ਪੁੱਛ ਰਹੀ ਹਾਂ ਜੀ ਵੀ ਉਹਨਾਂ ਨੇ ਉਹ ਨਿਰਵੈਰ ਸੀ ਹੈ ਨਾ। ਬਸ ਬਸ ਬਸ, ਅਸੀਂ ਇਹੀ ਸਿੱਖ ਰਹੇ। ਸਾਨੂੰ ਗੁਰੂ ਨੇ ਜੋ ਜਾਤ ਸਿਖਾਈ ਹੈ ਅਸੀਂ ਪਹਿਲਾਂ ਉਹ ਸਿੱਖ ਰਹੇ ਹਾਂ। ਜਦੋਂ ਅਸੀਂ ਉਹਨੂੰ ਪ੍ਰੈਕਟੀਕਲ ਜੀਵਨ ਜੀਣ ਲੱਗ ਪੈਂਦੇ ਹਾਂ ਨਾ, ਫਿਰ ਸਾਡੇ ਜੀਵਨ ਵਿੱਚ ਕੋਈ ਸਾਡੇ ਨਾਲ ਵੈਰ ਕਮਾਉਂਦਾ ਹੈ ਤਾਂ ਫਿਰ ਸਾਨੂੰ ਅੰਦਰੋਂ ਸਮਝ ਆਉਂਦੀ ਹੈ ਕਿ ਮੈਨੂੰ ਇਹਦੇ ਨਾਲ ਕਿਸ ਤਰ੍ਹਾਂ ਕਰਨਾ। ਠੀਕ ਹੈ ਠੀਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੇਰੇ ਸਵਾਲ 3 ਨੇ, ਮੈਂ ਚਾਹੁੰਦੀ ਹਾਂ ਤੁਸੀਂ ਉਹਨਾਂ ਦਾ ਉਹਦੇ ਜਿੱਦਾਂ ਮੈਂ ਪੁੱਛਾਂ ਉਦਾਂ ਹੀ ਜਵਾਬ ਦਿਓ। ਪਹਿਲਾ ਸਵਾਲ ਇਹ ਹੈ ਕਿ ਮੈਂ ਆਪਣੇ ਭੂਤਕਾਲ ਦੇ ਵਿੱਚ ਕੀਤੀਆਂ ਗਲਤੀਆਂ ਦਾ ਪਛਤਾਵਾ ਕਿਉਂ ਕਰਾਂ? ਮਤਲਬ ਜੇ ਮੈਨੂੰ ਹੁਣ ਪਤਾ ਹੈ ਕਿ ਮੈਂ ਹਾਂ ਗਲਤੀ ਕੀਤੀ, ਇਸ ਵਕਤ ਮੈਂ ਉਸ ਗੱਲ ਦਾ ਪਛਤਾਵਾ ਕਿਉਂ ਕਰਾਂ ਜਦ ਇੱਕ ਵਾਰੀ ਮੇਰੀ ਸੋਚ 'ਚ ਆ ਗਿਆ ਕਿ ਹਾਂ ਆਈ ਡਿਡ ਸਮਥਿੰਗ ਰੋਂਗ ਔਨ ਦੈਟ ਡੇ? ਪਛਤਾਵਾ ਕਿਉਂ ਕਰਾਂ ਜਾਂ ਕਿਵੇਂ ਕਰਾਂ? ਕਿਉਂ ਕਰਾਂ? ਕਿਉਂ ਕਰਾਂ? ਹਾਂ, ਕੌਣ ਕਹਿੰਦਾ ਕਰੋ? ਮੇਰਾ ਕੀ ਨਾਮ? ਮੇਰਾ ਨਾਮ ਜਿੰਦਰ ਕੌਰ। ਜਿੰਦਰ? ਹਾਂਜੀ। ਜਿੰਦਰ ਬੱਚੇ, ਤੁਹਾਨੂੰ ਕਿਸਨੇ ਕਿਹਾ ਕਿ ਪਛਤਾਵਾ ਕਰੋ? ਮੇਰਾ ਅੰਦਰ ਕਹਿ ਦਿੰਦਾ ਕਿ ਹਾਂ, ਮੈਨੂੰ ਕੋਈ ਕਹਿ ਦਿੰਦਾ ਮਤਲਬ ਹਾਂ ਮੈਨੂੰ ਕਰਨਾ ਚਾਹੀਦਾ ਪਛਤਾਵਾ। ਹਾਂ ਮੈਂ ਪਛਤਾਵਾ। ਨਹੀਂ, ਪਛਤਾਵਾ ਕੋਈ ਚੀਜ਼ ਨਹੀਂ ਹੁੰਦੀ, ਪਛਤਾਵਾ ਗਿਲਟ ਹੁੰਦਾ, ਰਿਗਰੈਟ ਹੁੰਦਾ। ਸੋ ਸਹੀ ਮੈਨੇ ਉਸ ਤੋਂ ਛੁੱਟਣਾ ਹੋਵੇ ਨਾ, ਜੋ ਅਸੀਂ ਗਲਤੀ ਕੀਤੀ ਉਹ ਸਾਡੇ ਦਿਮਾਗ 'ਚ ਹੈ, ਸਾਡੀ ਮੈਮਰੀ 'ਚ ਹੈ, ਉਹ ਓਮਿਟ ਨਹੀਂ ਨਾ ਕਰ ਸਕਦੇ। ਪਰ ਉਸਨੂੰ ਇਸ ਤਰ੍ਹਾਂ ਬੋਦਰ ਨਾ ਕਰੇ ਮੁੜ ਕੇ ਅਸੀਂ ਨਹੀਂ ਕਰਨਾ, ਬਸ ਵੈਰੀ ਸਿੰਪਲ। ਬਾਕੀ ਜੋ ਪਾਸਟ ਬੀਤੀਆ ਬੀਤੀਆ, ਇਟ ਇਜ਼ ਵੈਰੀ ਗੁੱਡ ਅਵਸਥਾ ਬੱਚੇ, ਕਿ ਤੁਹਾਨੂੰ ਇਹ ਫੀਲ ਆਉਂਦੀ ਹੈ ਕਿ ਮੈਂ ਕੁਛ ਗਲਤ ਕੀਤਾ ਸੀ, ਯੂ ਆਰ ਬਲੈਸਡ, ਮੁੜ ਕੇ ਉਹ ਨਹੀਂ ਕਰਨਾ ਬਸ। ਪਰ ਗੱਲ ਹੈ ਕਿ ਅੰਦਰ ਇੰਨਾ ਕਠੋਰ ਹੈ ਨਾ, ਇੰਨਾ ਰਿਜਿਡ ਹੈ ਨਾ ਕਿ ਉਹ ਗਲਤੀ ਬਾਰ ਬਾਰ ਕਰਦਾ, ਇਹ ਪਤਾ ਹੋਣ ਦੇ ਬਾਵਜੂਦ ਵੀ। ਤਾਂ ਹੀ ਮੈਂ ਸੋਚਦੀ ਹਾਂ ਕਿ ਇੱਕ ਵਾਰੀ ਬੈਠ ਕੇ ਨਾ ਚੰਗਾ ਜਿਹਾ ਰੋ ਲਿਆ ਜਾਵੇ, ਸ਼ਾਇਦ ਅੰਦਰ ਪਤਾ ਲੱਗ ਜਾਏ ਕਿ ਕੁਛ ਗਲਤ ਕੀਤਾ। ਤੁਸੀਂ ਰੋ ਕੇ ਦੇਖੋ, ਰੋ ਕੇ ਦੇਖ ਕੇ ਪਛਤਾਵਾ ਕਰਕੇ ਵੀ ਲੋਕ ਪਛਤਾਵਾ ਕਰਨ ਵਾਸਤੇ ਕਿਤੇ ਸੁੱਖਣਾ ਸੁੱਖ ਲੈਂਦੇ ਨੇ, ਕਿਤੇ ਨੰਗੇ ਪੈਰ ਚਲੇ ਜਾਂਦੇ ਨੇ, ਕੋਈ ਯਾਤਰਾ 'ਤੇ ਚਲੇ ਜਾਂਦੇ ਨੇ, ਕਿਸੇ ਜਗ੍ਹਾ ਪ੍ਰਸ਼ਾਦ ਚੜ੍ਹਾ ਲੈਂਦੇ ਨੇ ਪਛਤਾਵੇ ਵਾਸਤੇ, ਅੱਛਾ ਗਲਤੀ ਹੋ ਗਈ ਸੀ ਮਾਫ਼ ਕਰਾਉਣ ਵਾਸਤੇ ਇਹ ਕਰ ਲਾਂਗੇ, ਅੱਛਾ ਮੈਂ ਸਹੁੰ ਚੁੱਕਦਾ ਹਾਂ, ਸਮਥਿੰਗ ਸਮਥਿੰਗ। ਲੋਕ ਬੜਾ ਕੁਛ ਕਰਦੇ ਨੇ ਲੇਕਿਨ ਫਿਰ ਉਹ ਮਿਸਟੇਕ ਕਰ ਲੈਂਦੇ ਨੇ ਨਾ, ਅਲਟੀਮੇਟ ਰਿਜ਼ਲਟ ਇਹ ਨਿਕਲੇਗਾ ਕਿ ਮੁੜ ਕੇ ਉਹ ਵਾਲਾ ਗਲਤ ਕੰਮ ਮੈਨੂੰ ਨਹੀਂ ਕਰਨਾ। ਕਹਿਣਾ ਸੌਖਾ ਜਿਹਾ ਲੱਗਦਾ ਹੈ
ਕਿ ਮੈਨੂੰ ਇਹ ਗਲਤ ਕੰਮ ਨਹੀਂ ਕਰਨਾ। ਫਿਰ ਜੇ ਰੋਣਾ ਸੌਖਾ ਲੱਗਦਾ ਤੇ ਰੋ ਲੋ। ਕਰ ਮੈਂ ਜਸਟ I mean to say if I want to regret on my mistake। You want to regret? Yeah, I want to regret. You are already regretting. No, I'm not regretting. I'm smiling on my mistake that yeah, I did something wrong on that day and I'm happy. Okay. So yeah, I'm saying doing it then. I don't know. Will I be for andarla tonu keh reha hai ki you did something wrong. Yeah. Oh andarla kon hai? Oh brahm da gyan hai. Pata. Oh rab ji ne. ਜਿਹੜੀ ਅੰਦਰ ਦੀ ਆਵਾਜ਼ ਆ ਰਹੀ ਹੈ ਨਾ ਉਹ ਜਿੰਦਰ ਦੀ ਆਪਣੀ ਆਵਾਜ਼ ਨਹੀਂ ਆ ਰਹੀ, ਉਹ ਰੱਬ ਜੀ ਦੀ ਆਵਾਜ਼ ਆ ਰਹੀ ਹੈ। ਰੱਬ ਜੀ ਤੁਹਾਨੂੰ ਅੰਦਰੋਂ ਇੰਸਪਾਇਰ ਕਰ ਰਹੇ ਨੇ, ਤੁਹਾਨੂੰ ਇਹ ਸੋਝੀ ਦਵਾ ਰਹੇ ਨੇ। ਇਹਨੂੰ ਵਿਵੇਕ ਬੁੱਧੀ ਕਹਿੰਦੇ ਨੇ, ਤੁਹਾਨੂੰ ਸੋਝੀ ਦਵਾ ਰਹੇ ਨੇ ਵਟ ਇਜ਼ ਰਾਈਟ ਵਟ ਇਜ਼ ਰੋਂਗ। ਲੇਕਿਨ ਹੁਣ ਇਹਦੇ ਉੱਤੇ ਪ੍ਰੈਕਟੀਕਲ ਬੱਚੇ ਤੁਸੀਂ ਕਰਨਾ ਹੈ ਕਿ ਮੈਨੂੰ ਠੀਕ ਹੈ ਰੋਂਗ ਸਮਝ ਆ ਗਿਆ, ਅੱਗੋਂ ਤਾਂ ਮੈਂ ਨਹੀਂ ਕਰਾਂ, ਹੈ ਨਾ। ਜੇ ਰੋਂਗ ਨੂੰ ਰੈਕਟੀਫਾਈ ਕਰਨ ਦਾ ਤਰੀਕਾ ਰੋਣਾ ਹੋਵੇ, ਸਹੁੰ ਚੁੱਕਣਾ ਹੋਵੇ, ਕੰਨ ਪਕੜਨੇ ਹੋਣ, ਤਾਂ ਲੋਕ ਕਰਕੇ ਫਿਰ ਗਲਤੀ ਕਰ ਲੈਂਦੇ ਨੇ, ਫਿਰ ਕੰਨ ਪਕੜ ਲੈਂਦੇ ਨੇ, ਸੁੱਕਣਾ ਸੁੱਕਣੀ ਆ ਫਿਰ ਦੁਬਾਰਾ ਸੁੱਕਣਾ ਸੁੱਕ ਲੈਂਦੇ ਨੇ। ਦੇਰ ਇਜ਼ ਨੋ ਵੇ ਟੂ ਓਮਿਟ ਦੈਟ, ਦੇਰ ਇਜ਼ ਨੋ ਵੇ ਟੂ ਗੈਟ ਰਿਡ ਆਫ ਦੈਟ, ਓਨਲੀ ਡੋਂਟ ਕਮਿਟ ਇਟ ਅਗੇਨ। ਇਸ ਤੋਂ ਇਲਾਵਾ ਕੋਈ ਸਲੂਸ਼ਨ ਤੁਸੀਂ ਦੱਸੋ? ਤੁਹਾਡਾ ਰੋਣ ਤਾਂ ਜੀ ਕਰਦਾ ਰੋ ਲਓ, ਲੇਕਿਨ ਜੇ ਉਹ ਦੁਬਾਰਾ ਕਮਿਟ ਕੀਤਾ ਤਾਂ ਤੁਹਾਡਾ ਉਹ ਰੋਣਾ ਮਗਰਮੱਛ ਕੇ ਆਂਸੂ ਹੋ ਜਾਏਗਾ, ਹੈ ਨਾ। ਔਰ ਤੁਸੀਂ ਜਿਤਨਾ ਸਿੰਸੀਅਰਲੀ ਕੁਐਸਚਨ ਕਰ ਰਹੇ ਹੋ ਨਾ, ਮੈਨੂੰ ਨਹੀਂ ਲੱਗਦਾ ਤੁਸੀਂ ਦਿਖਾਵਾ ਕਰ ਰਹੇ ਹੋ, ਮੈਨੂੰ ਨਹੀਂ ਲੱਗਦਾ ਕਿ ਤੁਸੀਂ ਮਗਰਮੱਛ ਕੇ ਆਂਸੂ ਕਹਿ ਰਹੇ ਹੋ। ਯੂ ਰੀਅਲੀ ਵਾਂਟ ਟੂ ਗੈਟ ਰਿਡ ਆਫ ਦੈਟ, ਇਜ਼ਨਟ ਇਟ, ਹੈ ਨਾ। ਇੱਕ ਹੱਲ ਦੇਵੋ, I want a solution for my mistakes. ਹੁਣ ਜੇ ਮਾਈਕ ਦੋਨੋਂ ਮਾਈਕਾਂ ਦੇ ਨੇੜੇ, ਮੈਂ ਚਾਹੁੰਦੀ ਹਾਂ ਕਿ ਮੈਂ ਜੋ ਗਲਤੀ ਕੀਤੀ, ਜਿਹੜੀਆਂ ਮਿਸਟੇਕਸ ਮੈਂ ਕਮਿਟ ਕੀਤੀਆਂ, ਅਗਰ ਉਹ ਦੁਬਾਰੇ ਨਿਉਤਾ ਲੈ ਕੇ ਆਉਂਦੀਆਂ ਨੇ ਕਿ ਆ ਕਮ ਅਗੇਨ ਐਂਡ ਵਰਸ, ਤਾਂ ਮੈਂ ਕੀ ਕਰਾਂ? ਮੈਂ ਖੜ੍ਹੇ ਵੇਖਾਂ, ਆਪਣੇ ਪੈਰ ਪਿੱਛੇ ਕਰ ਲਾਂ ਕਿ ਮਤਲਬ ਮੈਂ ਐਸਾ ਕੀ ਕਰਾਂ ਕਿ ਮੈਂ ਇੰਨੀ ਸਟਰੋਂਗ ਹੋ ਜਾਂ ਕਿ ਮੇਰਾ ਜੇ ਤੁਸੀਂ ਕਹਿੰਦੇ ਹੋ ਕਿ ਹਾਂ ਮੇਰੇ ਅੰਦਰ ਜਿਹੜੀ ਇੰਸਪਾਇਰ ਕਰਨ ਵਾਲੀ ਆਵਾਜ਼ ਆ ਉਹ ਹੱਲਾ ਬੋਲੇ ਨਾ ਕਿ ਜੋ ਮੇਰੀਆਂ ਗਲਤੀਆਂ ਆ ਰਹੀਆਂ ਨੇ ਉਹ ਬੋਲਣ। ਤੁਹਾਨੂੰ ਨਿਯੋਤਾ ਕੌਣ ਦਿੰਦਾ? ਮੇਰੇ ਭੈੜੇ ਖਿਆਲ। ਹਾਂ ਉਹ ਭੈੜੇ ਖਿਆਲ। ਅੱਛਾ, ਤੁਸੀਂ ਤੁਹਾਡਾ ਇਹ ਬਾਣਾ ਵੇਖ ਕੇ ਮੈਨੂੰ ਲੱਗਦਾ ਹੈ ਕਿ ਤੁਸੀਂ ਖੰਡੇ ਕੀ ਪੌਲ ਛੱਕੀ ਹੋਈ ਹੈ। ਹਾਂ, ਤੇ ਮੈਨੂੰ ਇਹ ਵੀ ਸ਼ੋਰਟੀ ਹੁੰਦੀ ਹੈ ਕਿ ਤੁਸੀਂ ਬਾਣੀ ਪੜ੍ਹਦੇ ਹੋ, ਨਿਤਨੇਮ ਕਰਦੇ ਹੋ, ਰਾਈਟ? ਤਾਂ ਤੁਸੀਂ ਵੱਧ ਤੋਂ ਵੱਧ ਬਾਣੀ ਨੂੰ ਪੜ੍ਹ ਕੇ ਉਹਨੂੰ ਅਮਲੀ ਤੌਰ 'ਤੇ ਆਪਣੇ ਜੀਵਨ ਵਿੱਚ ਅਪਣਾਉਣਾ ਸ਼ੁਰੂ ਕਰਦੇ ਹੋ। ਜਿਉਂ ਜਿਉਂ ਬਾਣੀ ਪੜ੍ਹਦੇ ਹਾਂ, ਅਸੀਂ ਬਾਣੀ 'ਚੋਂ ਪੜ੍ਹਦੇ ਹਾਂ, ਕੁੱਟ ਕੁੱਟ ਮਨ ਕਸਵੱਟੀ ਲਾਵੇ, ਆਪਣੇ ਮਨ ਤੋਂ ਜਿੱਥੋਂ ਨਿਉਤਾ ਨਿਕਲ ਕੇ ਆਉਂਦਾ ਹੈ ਨਾ ਕਿ ਭੈੜ ਕਰ ਲੈ, ਉਹਨੂੰ ਬਾਣੀ ਦੀ ਟਕੋਰ ਮਾਰੋ, ਸਤਿਗੁਰ ਦਾ ਅੰਕੁਸ਼ ਮਾਰੋ। ਸਤਿਗੁਰ ਸਮਝਾਏਗਾ ਇਹ ਕੰਮ ਮਾੜਾ ਹੈ, ਤਾਂ ਹੀ ਤਾਂ ਤੁਹਾਨੂੰ ਅੰਦਰੋਂ ਆਵਾਜ਼ ਆ ਰਹੀ ਹੈ ਕੰਮ ਮਾੜਾ ਹੈ। ਆ ਰਹੀ ਨਾ ਆਵਾਜ਼, ਉਹ ਜਿਹੜੀ ਅੰਦਰ ਦੀ ਆਵਾਜ਼ ਆ ਰਹੀ ਹੈ ਨਾ, ਉਹ ਸਤਿਗੁਰ ਦੀ ਆਵਾਜ਼ ਹੈ, ਉਹ ਰੱਬ ਜੀ ਦੀ ਆਵਾਜ਼ ਹੈ। ਜਿੰਨੀ ਵਾਰੀ ਮੈਂ ਪੜ੍ਹਦੀ ਹਾਂ ਨਾ ਹੁਣ ਬਾਣੀ, ਫਿਰ ਨਾ ਮੈਨੂੰ ਬਹੁਤ ਮੈਂ ਰੋ ਦਿੰਦੀ ਹੁੰਦੀ ਹਾਂ ਬਹੁਤ ਸਾਰਾ, ਮੈਨੂੰ ਕਦੇ ਕਾਰਨ ਨਹੀਂ ਸਮਝ ਆਇਆ। ਰਾਤੀ ਵੀ ਮਤਲਬ ਜਦੋਂ 16 ਸਬ ਕਰਕੇ ਸੁੱਤੇ, ਮੈਂ ਖੇਸ ਉਹਦੇ ਕੇ ਬਹੁਤ ਰੋਈ, ਮੇਰੇ ਕੋਲ ਕੋਈ ਕਾਰਨ ਨਹੀਂ ਸੀ ਰੋਣ ਦਾ। ਫਿਰ ਮੈਂ ਸੋਚ ਰਹੀ ਸੀ ਸ਼ਾਇਦ ਇਹ ਮੇਰਾ ਪਛਤਾਵਾ, ਫਿਰ ਮੈਂ ਆਪਣੇ ਆਪ ਨੂੰ ਪੁੱਛਿਆ ਮੈਂ ਕਿਉਂ ਕਰ ਰਹੀ ਹਾਂ, ਮੈਂ ਕਿਉਂ ਕਰਾਂ, ਇਹੀ ਸਵਾਲ ਸੀ ਜੋ ਮੈਂ ਹੁਣੇ ਪੁੱਛਿਆ। ਬਸ ਬੱਚੇ, ਤੁਸੀਂ ਪਛਤਾਵੇ ਤੋਂ ਛੁੱਟ ਜਾਓ, ਪਛਤਾਵਾ ਇਜ਼ ਨੋਟ ਗੁੱਡ ਅਵਸਥਾ, ਰਾਦਰ ਟੂ ਨੋ ਅਬਾਊਟ ਵਟ ਯੂ ਡਿਡ ਇਜ਼ ਗੁੱਡ ਅਵਸਥਾ, ਐਂਡ ਦੈਨ ਅੱਗੇ ਫੋਰਵਰਡ ਹੋਵੋ ਕਿ ਮੈਂ ਮੁੜ ਕੇ ਇਹ ਨਹੀਂ ਕਰਨਾ। ਔਰ ਜੋ ਉਹਦੇ ਵਾਸਤੇ ਤਰੀਕਾ ਹੈ, ਅੰਦਰੋਂ ਆਵਾਜ਼ ਭੈੜੇ ਦੀ ਆ ਰਹੀ ਹੈ, ਨਿਉਤਾ ਉਹ ਰੱਬ ਜੀ ਦੀ ਨਹੀਂ ਹੈ, ਉਹ ਡੀਮਨ ਥਾਟ ਹੈ, ਉਹ ਜੰਮ ਦੀ ਆਵਾਜ਼ ਹੈ, ਹੈ ਨਾ। ਜੰਮ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ, ਯੂ ਕੈਨ ਨਾਟ ਸਪਰੈਸ ਈਵਲ ਥਾਟਸ ਕਮਿੰਗ ਟੂ ਯੂ, ਕਰੈਕਟ। ਉਸ ਵੇਲੇ ਕੀ ਕਰਦੇ ਹਾਂ ਅਸੀਂ? ਉਸ ਵੇਲੇ ਅਸੀਂ ਗੁਰਪ੍ਰਸਾਦ ਵਾਲੇ ਪ੍ਰਾਪਤ ਚੰਗੇ ਚੰਗੇ ਗੁਣਾਂ ਉੱਤੇ ਕੰਮ ਕਰਦੇ ਹਾਂ। ਮੈਂ ਇੱਕ ਵਾਰੀ ਸੁਣਿਆ ਸੀ ਕਿ ਫਰਜ਼ ਕਰੋ ਤੁਸੀਂ ਉਦਾਸ ਹੋ, ਤਾਂ ਕੀ ਕਰੋ? ਉੱਠੋ, ਦੁਬਾਰਾ ਨਾਓ,
ਨਾ ਕਿ ਆਪਣੀ ਕੰਗੀ ਦੁਬਾਰਾ ਕਰੋ, ਕੱਪੜੇ ਬਦਲੋ, ਔਰ ਕਿਸੇ ਹੋਰ ਦੁਖੀ ਦੇ ਜੀਵਨ ਵਿੱਚ ਜਾ ਕੇ ਉਸਨੂੰ ਸੁੱਖ ਦੇਣ ਦੀ, ਉਹਨੂੰ ਚੜ੍ਹਦੀ ਕਲਾ ਦੇਣ ਦੀ ਪ੍ਰੈਕਟਿਸ ਕਰੋ। ਤਾਂ ਤੁਹਾਨੂੰ ਆਪਣਾ ਦੁੱਖ ਭੁੱਲ ਗਿਆ ਨਾ, ਕਰੈਕਟ? ਇਹ ਮੈਂ ਕਿਸੇ ਜਗ੍ਹਾ ਪੜ੍ਹਿਆ ਸੀ। ਮੀਨਸ ਵੈਨ ਐਵਰ ਯੂ ਆਰ ਸੈਡ, ਗੈਟ ਅਪ ਫਰੋਮ ਦੇਅਰ ਪਲੇਸ ਐਂਡ ਵਰਕ ਫੋਰ ਅਦਰਸ ਦੋਜ਼ ਹੂ ਆਰ ਸੈਡ। ਠੀਕ ਹੈ? ਅੱਛਾ, ਤੁਸੀਂ ਆਪਣੇ ਦੁੱਖ 'ਚ ਇਸ ਵੇਲੇ ਉਸ ਤਰ੍ਹਾਂ ਰਿਗਰੈਟ ਫੀਲ ਕਰ ਰਹੇ ਹੋ, ਤੁਹਾਨੂੰ ਅੰਦਰੋਂ ਭੈੜਾ ਖਿਆਲ ਆ ਰਿਹਾ, ਉਹ ਰੱਬ ਜੀ ਦਾ ਨਹੀਂ ਹੈ। ਰੱਬ ਜੀ ਦਾ ਖਿਆਲ ਆਏਗਾ, ਹੈਲਪ ਅਦਰਸ। ਤੁਸੀਂ ਜਦੋਂ ਦੁਨਿਆਵੀ ਭੱਲੇ ਦਾ ਕੰਮ, ਸੇਵਾ, ਸੰਭਾਲ ਕਰਨੀ ਸ਼ੁਰੂ ਕਰ ਦਿਓਗੇ ਨਾ, ਤੁਹਾਨੂੰ ਅੰਦਰੋਂ ਡੀਮਨ ਥੋਟ ਵਾਲੇ, ਸ਼ੈਤਾਨੀਅਤ ਵਾਲੇ ਮੰਦੇ ਖਿਆਲ ਪੈਦਾ ਨਹੀਂ ਹੋਣਗੇ, ਉਹ ਆਪੇ ਫੇਡ ਹੁੰਦੇ ਜਾਣਗੇ। ਜਿਤਨਾ ਉਹਨਾਂ ਨਾਲ ਲੜ ਕੇ ਸਪਰੈਸ ਕਰੋਗੇ, ਉਤਨਾ ਉਹ ਜ਼ਿਆਦਾ ਪੌਪ ਅਪ ਹੋ ਕੇ ਆਉਣਗੇ। ਸੋ ਡੋਂਟ ਫੋਕਸ ਔਨ ਦੈਟ, ਫੋਕਸ ਔਨ ਡੂਇੰਗ ਸਮਥਿੰਗ ਗੁੱਡ। ਠੀਕ ਹੈ? ਸੈਕਿੰਡ ਕੁਸ਼ਚਨ, ਤਿੰਨ ਕੁਸ਼ਚਨ ਸੀ ਨਾ, ਹੋ ਗਏ? ਬਸ ਬੱਚੇ, ਬਾਣੀ ਪੜ੍ਹੋ, ਵੱਧ ਤੋਂ ਵੱਧ ਪੜ੍ਹੋ, ਔਰ ਬਾਣੀ 'ਚੋਂ ਚੰਗੇ ਚੰਗੇ ਗੁਣ ਸਿੱਖ ਕੇ ਉਹਨਾਂ ਦੀ ਪ੍ਰੈਕਟਿਸ ਕਰੋ। ਫਾਈਨ?